ਚਲ ਕਹਿੰਦੇ ਵੀ ਅੱਖਾਂ 'ਚ ਕੱਜਲ ਅਤੇ ਸੋਗ ਸਹੁਰੇ ਦਾ ਭਲੇ ਵਕਤਾਂ ਦੇ ਵਿੱਚ ਨਾ ਕੋਈ ਬੁੱਢੀ ਛੇਰੀ ਮਾਈ ਕੋਈ ਪੱਕੀ ਦੇ ਉੱਤੇ ਜਾਂਦੀ ਦਿਸਣੀ ਅਤੇ ਭੱਜ ਕੇ ਜਾ ਕੇ ਉਹਦੇ ਅੱਗੇ ਸਿਰ ਕਰ ਦੇਣਾ। ਪੁਆਮਾਂ ਨੇ ਦੋ ਹੱਥਾਂ ਨਾਲ ਪਿਆਰ ਦੇਣਾ ਅਤੇ ਨਾਲ ਦੁਆਵਾਂ ਦੇਣੀਆਂ। ਘੁੰਮਾ ਪਾ ਸੋਟੇ ਵਾਲਾ ਦੇਖਣਾ, ਉਹਦੇ ਵੀ ਭੱਜ ਕੇ ਜਾ ਕੇ ਅੱਗੇ ਸਿਰ ਕਰਨਾ। ਉਹਨੇ ਸੋਟਾ ਗਲ ਨਾਲ ਲਾ ਕੇ ਹੱਥ ਵਿਹਲੇ ਕਰਕੇ ਦੋ ਹੱਥਾਂ ਨਾਲ ਪਿਆਰ ਦੇਣਾ, ਸਿਰ 'ਤੇ ਹੱਥ ਫੇਰ ਕੇ ਅਤੇ ਇੰਨੀਆਂ ਸਾਰੀਆਂ ਦੁਆਵਾਂ ਦੇਣੀਆਂ। ਸਿਰਫ ਉਹ ਦੁਆਵਾਂ ਲੈਣ ਦਾ ਲਾਲਚ ਹੁੰਦਾ ਸੀ। ਮਸੀਤ ਦੇ ਮੌਲਵੀ ਸਾਹਿਬ ਨੂੰ ਕਿਤੇ ਸਲਾਮ ਅਲੈਕੁਮ ਕਰਕੇ ਦੁਆਵਾਂ ਲੈ ਲੈਣੀਆਂ, ਕਿਤੇ ਉਹ ਸਕੂਲ ਦੇ ਉਸਤਾਦ ਨੂੰ ਸਲਾਮ ਅਲੈਕੁਮ ਕਰਕੇ ਦੁਆਵਾਂ ਲੈ ਲੈਣੀ। ਹੁਣ ਤਾਂ ਦੁਆ ਲੈਣੀ ਔਖੀ ਹੈ, ਦੁਆ ਨੇ ਲੱਭਦੀ ਇਹ ਮੈਂ ਕਹਿੰਦਾ ਦੁਆ ਦਾ ਕਾਲ। ਉਹਨਾਂ ਦੁਆ ਦੇਣ ਵਾਲਾ ਪੂਰ ਸੀ ਨਾ, ਉਹ ਚਲਿਆ ਗਿਆ। ਇੱਥੇ ਤਾਂ ਬੰਦੇ ਕਹਿ ਦਿੰਦੇ ਨਾ ਵੀ ਦੌਰ ਉਹ ਨਹੀਂ ਰਿਹਾ, ਦੌਰ ਉਹੀ ਹੈ ਭਾਈ, ਦੌਰ ਕਿੱਥੇ ਚਲਿਆ ਗਿਆ। ਸਸੂਰਜ ਮਦਰਮ 'ਚ ਹਜੇ ਵੀ ਛਿਪਦਾ, ਉਦੋਂ ਵੀ ਛਿਪਦਾ ਸੀ, ਜ਼ਮੀਨ ਆਪਣੀ ਥਾਂ 'ਤੇ, ਅਸਮਾਨ ਆਪਣੀ ਥਾਂ 'ਤੇ। ਤੂੰ ਮੈਂ ਉਹ ਨਹੀਂ ਰਹੇ, ਬੰਦੇ ਬਦਲ ਗਏ। ਹੋ ਤਾਂ ਕੋਈ ਸਲਾਮ ਨਹੀਂ ਪੂਰੇ ਹੱਥ ਨਾਲ ਲੈਂਦਾ, ਗੱਲ ਤਾਂ ਕਿਸੇ ਨੇ ਕੀ ਲਾਉਣਾ, ਗੱਲ ਆਇਆ ਤਾਂ ਕਾਰਟਨ ਖਰਾਬ ਹੋ ਜੂ। ਬੰਦੇ ਇੱਦਾਂ ਸਿਰ ਹਿਲਾ ਦੇਣਗੇ ਇੱਦਾਂ ਕਰਕੇ, ਲੈ ਜ਼ਬਾਨ ਨਹੀਂ ਹਿਲਾਉਂਦੇ। ਤੂੰ ਦੁਆਵਾਂ ਦੀ ਗੱਲ ਕਰਨਾ, ਇੱਥੇ ਬੰਦਾ ਬੈਠਾ ਨਾ, ਉਹਨੇ ਕੀਤਾ ਇੱਦਾਂ, ਅੱਗੋਂ ਨੇ ਇੱਦਾਂ ਕਰਦਾ ਵੀ ਹੁਣ ਚੰਗਾ ਰਹੇ। ਮੈਂ ਕਹਿੰਦਾ ਮੈਨੂੰ ਹਜੇ ਵੀ ਯਾਦ ਆ ਵੀ ਬੀਬੀ ਕੋਲੋਂ ਨਾ ਕੋਈ ਦੁੱਧ ਲੈਣ ਆਇਆ 20 ਰੁਪਈਏ ਦਾ ਦੁਆੜ 'ਚ। ਬੀਬੀ ਨੇ ਉਹ ਡੋਲ ਵਿੱਚ ਦੁੱਧ ਵੀ ਪਾ ਦਿੱਤਾ ਅਤੇ ਉਹਨੂੰ 20 ਰੁਪਈਏ ਵੀ ਮੋੜਤੇ। ਅਤੇ ਹੁਣ ਬੰਦਾ ਦੱਸਦਾ ਸੀ ਵੀ ਸ਼ਹਿਰ ਦੇ ਵਿੱਚ 200 ਰੁਪਈਏ ਦਾ ਲੱਸੀ ਦਾ ਗਲਾਸ ਆ ਮੁੱਲ ਵਿੱਚ ਮਿਲਦਾ, ਅਤੇ ਸਾਡਾ ਦੁੱਧ ਨਹੀਂ ਇੱਥੋਂ 200 ਨੂੰ ਜਾਂਦਾ। ਅਤੇ ਜੇ ਉਹ ਰੇਟ ਲਾਈਏ ਸਾਡਾ ਤਾਂ ਕੱਟਾ ਹੀ ਰੋਜ਼ 1400 ਦੀ ਲੱਸੀ ਪੀ ਜਾਂਦਾ। ਆਪਾਂ ਕਿਹੜਾ ਵੇਚਣੀ ਇਹ ਗੱਲ ਦੀ ਗੱਲ ਕਰਦੇ ਹਾਂ, ਤੈਨੂੰ ਫਰਕ ਦੱਸਦਾ ਉਦੋਂ ਦਾ ਅਤੇ ਹੁਣ ਦਾ ਫਰਕ ਦੱਸਦਾ ਵੀ ਹੁਣ ਦੁਆਵਾਂ ਲੱਭਦੇ ਫਿਰਦੇ। ਇਸੇ ਤਾਂ ਉਹ ਪੋਰ ਸੀ ਸਿਆਣਿਆਂ ਦਾ, ਉਹ ਦਾਨਿਆਂ ਦਾ ਪੋਰ ਸੀ। ਮੈਂ ਤਾਂ ਉਸ ਗੱਲ ਤੋਂ ਡਰਦਾ ਵੀ ਜਿਹਨਾਂ ਦੇ ਅਸੀਂ ਸਿਆਣੇ ਹੋਣਾ ਉਹਨਾਂ ਦਾ ਕੀ ਬਣੂਗਾ। ਉਹ ਜਿੱਦਾਂ ਉਹ ਕੁੜੀ ਨੇ ਆਪਣੇ ਮਾਂ ਪਿਓ ਨੂੰ ਕਹਿਣ ਲੱਗੀ ਸ਼ਾਮ ਨੂੰ, ਅਸੀਂ ਅੱਬਾ ਸਵੇਰੇ ਆਪਣੇ 'ਚੋਂ ਇੱਕ ਨਹੀਂ ਹੋਵਾਂ। ਉਹ ਬੜੇ ਤੁਰੇ ਸ਼ਾਮ ਵੀ ਇਹ ਕੀ ਕਹਿੰਦੇ, ਰਾਤੀ ਸੌਂਗੇ ਸਵੇਰੇ ਉੱਠੇ ਤੂੰ ਕੁੜੀ ਹੈ ਨਹੀਂ। ਉਹਦਾ ਅੱਬਾ ਕਹਿੰਦਾ ਵੀ ਹੈ ਤਾਂ ਚਲੋ ਜੋ ਵੀ ਸੀ, ਪਰ ਸਿਆਣੇ ਕਿੱਡੀ।